ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁਟਾਈ ਕਰਕੇ ਤੇ ਚਲੇ ਗਏ। ਇਹ ਇੱਕ ਵਾਰੀ ਨਹੀਂ ਹੋਇਆ, 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ। ਮੇਰੇ ਘਰ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਰੇ ਤੇ ਗਲਤ ਐਲੀਗੇਸ਼ਨ ਲਾਉਂਦੇ ਨੇ। ਜਿੱਦਾਂ ਮੈਨੂੰ ਕੁੱਟ ਕੇ ਗਿਆ, ਮਾਰ ਕੇ ਗਿਆ, ਮੇਰੀ ਛਾਤੀ ਨੂੰ ਹੱਥ ਪਾਇਆ, ਉਹਦੀ ਜੋ ਸਜ਼ਾ ਬਣਦੀ ਉਹਨੂੰ ਦਿੱਤੀ ਜਾਵੇ। ਫਿਰ ਮੇਰੇ ਕੋਲ ਇਹੀ ਹੈਗਾ, ਮੈਂ ਕੁਛ ਖਾ ਕੇ ਮਰ ਜਾਣਾ, ਫਿਰ ਸਹੀ ਸਾਰੇ ਜ਼ਿੰਮੇਵਾਰ ਹੋਣਗੇ ਪੁਲਿਸ ਵਾਲੇ। ਮੈਂ ਕੱਲ੍ਹ ਆਪਣੇ ਕੰਮ ਤੋਂ ਘਰ ਆਉਂਦੀ ਪਈ ਸੀ ਰਾਤ ਨੂੰ 8:30 ਵਜੇ, ਮੇਰੇ ਘਰ ਵਾਲਿਆਂ ਨੇ ਆ ਕੇ ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁਟਾਈ ਕਰਕੇ ਤੇ ਚਲੇ ਗਏ, ਭੱਜ ਗਏ ਸੀ। ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ, ਇੱਥੇ ਕੋਈ ਕਾਰਵਾਈ ਨਹੀਂ ਕਰਦੇ ਹੋਏ, ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬਣਦਾ ਜੇ, ਜਦਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ। ਕਿੰਨੀ ਦੇਰ ਹੋ ਗਈ ਵਿਆਹ ਕਰਾਏ ਨੂੰ? ਮੈਨੂੰ 7 ਸਾਲ ਹੋ ਗਏ, ਮੇਰੇ 3 ਬੱਚੇ ਨੇ, 2 ਬੇਟੀਆਂ 1 ਬੇਟਾ। ਅੱਛਾ, ਤੇ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ? ਹੁਣ ਮੈਂ 2 ਸਾਲ ਤੋਂ ਆਪਣੀ ਮੰਮਾ ਵੱਲ ਰਹਿੰਦੀ ਪਈ। ਹਾਂਜੀ, ਕੋਰਟ 'ਚ ਕੇਸ ਚੱਲਦਾ ਪਿਆ ਤਲਾਕ ਦਾ। ਹਾਂਜੀ, ਇਹ ਇੱਕ ਵਾਰੀ ਨਹੀਂ ਹੋਇਆ, 3-4 ਵਾਰੀ ਮੈਨੂੰ ਕੁੱਟ ਕੇ ਚਲਾ ਗਿਆ, ਮੇਰੇ ਘਰ ਆ ਕੇ ਵੀ ਕੁੱਟ ਕੇ ਗਏ ਮੈਨੂੰ ਤੇ ਮੇਰੇ 'ਤੇ ਗਲਤ ਐਲੀਗੇਸ਼ਨ ਲਾਉਂਦੇ ਨੇ, ਮੇਰੇ 'ਤੇ ਗਲਤ ਐਲੀਗੇਸ਼ਨ ਲਗਾਉਂਦੇ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਦੇ, ਜਦਕਿ ਜਦ ਹੈ ਤੇ ਉਹ ਪੂਰਾ ਕਰਨ, ਉੱਤੇ ਕਾਰਵਾਈ ਕੀਤੀ ਜਾਵੇ, ਜਦਕਿ ਗਲਤ ਹੈ ਆਪ ਲੋਕ ਕੀ ਕਹਿੰਦੇ ਜਿਹੜੇ ਮੈਨੂੰ ਫਸਾ ਰਹੇ ਨੇ। ਕੁਛ ਖਾ ਕੇ ਮਰ ਜਾਣਾ, ਫਿਰ ਸਾਰੇ ਜ਼ਿੰਮੇਵਾਰ ਹੋਣਗੇ ਪੁਲਿਸ ਵਾਲੇ। ਮੰਗਤ ਰਾਮ, ਕੋਟ ਖਾਲਸਾ, ਸੁੰਦਰ ਨਗਰ। ਇਹ ਬਿਟ ਗਿਆ ਕਰੀਬ 1.5 ਸਾਲ ਪਹਿਲੇ, ਸਾਡੇ ਕੋਲ ਆਈ ਸੀ, ਪਤੀ ਪਤਨੀ ਦਾ ਆਪਸ 'ਚ ਝਗੜਾ ਸੀ, ਮਾਇਕੇ 'ਚ ਰਹਿ ਰਹੀ ਹੈ। ਉਹਨਾਂ ਦਾ ਜੋ ਇੱਕ ਆਰੋਪ ਸੀ ਕਿ ਇਹਦਾ ਪਤੀ ਬਾਰ ਬਾਰ ਆ ਕੇ ਇਹਨੂੰ ਇਸ ਦੇ ਘਰ ਦੇ ਵਿੱਚ ਹੀ ਕੁਟਾਈ ਕਰਕੇ, ਇਹਨੂੰ ਮਾਰ ਕੁਟਾਈ ਕਰਕੇ ਚਲਾ ਜਾਂਦਾ। ਬੜੀ ਦਹਿਸ਼ਤ ਦੇ ਮਾਹੌਲ ਦੇ ਵਿੱਚ ਇੱਕ ਇਹਨਾਂ ਦੀ ਬਜ਼ੁਰਗ ਮਾਤਾ ਔਰ ਬੜੇ ਇੱਕ ਦਹਿਸ਼ਤ ਦੇ ਮਾਹੌਲ 'ਚ ਜੀ ਰਹੇ ਸੀ, ਔਰ ਪਤੀ ਸੈਕਸੁਅਲ ਹਰਾਸਮੈਂਟ ਵੀ ਇਹਨਾਂ ਨੂੰ ਬਾਰ ਬਾਰ ਆ ਕੇ ਕਰ ਜਾਂਦਾ। ਅਸੀਂ ਵਕੀਲ ਕੀਤਾ, ਵਕੀਲ ਕਰਕੇ ਇਸ ਬੇਟੀ ਦਾ ਕੇਸ ਜਿਹੜਾ ਅਦਾਲਤ 'ਚ ਭੇਜਿਆ ਕਿ ਚਲੋ ਬੇਟੀ ਹੈ ਇਹਦਾ ਮੁਕਮਕਾ ਹੋ ਜਾਏ। ਮਾਇਕੇ ਵਾਲੇ ਆਪਣੀ ਗੱਲ ਕਰਦੇ ਨੇ, ਸਸੁਰਾਲ ਵਾਲੇ ਇੱਥੇ ਆਰੋਪ ਲਗਾਉਂਦੇ ਰਹੇ। ਮੈਂ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ, ਜਿਹੜਾ ਅਪਰਾਧ ਹੋਇਆ ਉਹ ਕੱਲ੍ਹ ਹੋਇਆ, ਕ੍ਰਾਈਮ ਜਿਹੜਾ ਹੋਇਆ ਉਹ ਕੱਲ੍ਹ ਹੋਇਆ, ਜਿਹੜਾ ਕਿਸੇ ਵੀ ਬਹਿਸ ਦਾ ਮੁਹਤਾਜ ਨਹੀਂ ਹੈ। ਲੜਕੀ ਆਪਣੇ ਘਰ ਜਾ ਰਹੀ ਹੈ, ਰਸਤੇ 'ਚ ਉਹਨੂੰ ਰੋਕਿਆ ਜਾਂਦਾ, ਉਹਦੇ ਕੱਪੜੇ ਫਾੜ ਦਿੱਤੇ ਜਾਂਦੇ ਆ, ਭਰੇ ਬਾਜ਼ਾਰ ਦੇ ਵਿੱਚ ਉਹਨੂੰ ਨੰਗਾ ਕਰ ਦਿੱਤਾ ਜਾਂਦਾ, ਉਸ ਦੀ ਛਾਤੀ ਪਕੜ ਲਈ ਜਾਂਦੀ ਹੈ, ਉਸ ਨੂੰ ਮਾਰਿਆ ਜਾਂਦਾ, ਘਸੁੰਨ ਮਾਰ ਕੇ ਨੱਕ ਦੀ ਹੱਡੀ, ਹੁਣ ਫ੍ਰੈਕਚਰ ਹੈ ਕਿ ਨਹੀਂ ਫ੍ਰੈਕਚਰ, ਅੰਡਰ ਆਬਜ਼ਰਵੇਸ਼ਨ ਹੈ, ਇਹਦਾ ਐਕਸਰੇ ਰਿਪੋਰਟ ਆ ਜਾਏਗੀ। ਲੇਕਿਨ ਸਭ ਤੋਂ ਪਹਿਲੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਜੇ 323 ਮਾਰ ਕੁਟਾਈ ਦੀ ਹੈ ਤਾਂ ਭਰੇ ਬਾਜ਼ਾਰ ਦੇ ਵਿੱਚ ਇੱਕ ਔਰਤ ਨੂੰ ਨੰਗਾ ਕਰਨਾ, ਇੱਕ ਔਰਤ ਦੀ ਬੇਇੱਜ਼ਤੀ ਕਰਨਾ,
ਸੈਕਸੁਅਲ ਹਰਾਸਮੈਂਟ ਕਰਨਾ, ਇਹਦੀਆਂ ਜਿਹੜੀਆਂ ਧਾਰਾ ਬੰਦੀਆਂ ਨੇ ਉਹ ਇਮੀਜੀਏਟਲੀ ਪੁਲਿਸ ਕਿਉਂ ਨਹੀਂ ਲਗਾ ਰਹੀ? ਮੈਂ ਪੰਜਾਬ ਪੁਲਿਸ ਨੂੰ ਵਾਰਨ ਕਰ ਰਿਹਾ, ਚੇਤਾਵਨੀ ਦੇ ਰਿਹਾ ਕਿ ਇਹਦੇ 'ਤੇ ਪ੍ਰੋਪਰ ਕਾਰਵਾਈ ਕਰੇ, ਨਹੀਂ ਤਾਂ ਸ਼ਿਵ ਸੈਨਾ ਟਕਸਾਲੀ ਸੜਕਾਂ 'ਤੇ ਆਏਗੀ। ਕਿਉਂ? ਕਿਉਂਕਿ ਇਹ ਬਿਲਕੁਲ ਨਹੀਂ ਸਹਿਣਯੋਗ ਕਿ ਕੋਈ ਲੜਕੀ ਬਾਜ਼ਾਰ ਦੇ ਵਿੱਚ ਨੰਗੀ ਕਰ ਦਿੱਤੀ ਜਾਏ, ਘਸੁੰਨ ਮਾਰ ਕੇ ਉਹਦੀ ਹੱਡੀ ਤੋੜ ਦਿੱਤੀ ਜਾਏ ਔਰ ਉਹਨੂੰ ਬੇਇੱਜ਼ਤ ਕਰ ਦਿੱਤਾ ਜਾਏ, ਉਹਦਾ ਟੌਪ ਲੀਰੋ ਲੀਰ ਕਰ ਦਿੱਤਾ ਜਾਏ, ਇਹ ਕਿਤੇ ਵੀ ਸਿਆ ਨਹੀਂ ਜਾ ਸਕਦਾ। ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੋ ਸਾਡਾ ਕਾਨੂੰਨ ਕਹਿੰਦਾ ਕਿ ਜੇ ਪਤੀ ਵੀ ਪਤਨੀ ਦੇ ਨਾਲ ਜ਼ਬਰਦਸਤੀ ਕਰਦਾ ਤਾਂ ਉਹ ਵੀ ਰੇਪ ਹੀ ਮੰਨਿਆ ਜਾਂਦਾ। ਔਰ ਭਰੇ ਬਾਜ਼ਾਰ ਦੇ ਵਿੱਚ ਨਾ ਤਾਂ ਪਤੀ ਨੂੰ ਜਾਂ ਕਿਸੇ ਨੂੰ ਵੀ ਹੱਕ ਨਹੀਂ ਦਿੱਤਾ ਜਾਂਦਾ ਕਿ ਉਹ ਕਿਸੇ ਲੜਕੀ ਨੂੰ ਬੇਇੱਜ਼ਤ ਕਰੇ। ਇੱਕ ਲੜਕੀ ਆ ਨੇਹਾ ਨਾਂ ਦੀ, ਇਹ ਕੋਟ ਖਾਲਸਾ 'ਚ ਵਿਆਹੀ ਹੋਈ ਆ 7 ਸਾਲ ਤੋਂ। 2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬਣ ਹੋਈ ਆ, ਮਤਲਬ ਇਹਨਾਂ ਦਾ ਕੋਰਟ 'ਚ ਕੇਸ ਚੱਲ ਰਿਹਾ। ਇਸਦੇ 3 ਬੱਚੇ ਹਨ, 2 ਲੜਕੀਆਂ, 1 ਲੜਕਾ ਹੈ, ਛੋਟੇ ਛੋਟੇ ਬੱਚੇ 3 ਹੀ। ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੂੰ ਕੁੱਟਮਾਰ ਕਰਕੇ ਗਿਆ, ਇਹਦਾ ਮੈਡੀਕਲ ਕਰਵਾਇਆ, ਬਾਕੀ ਰਿਜ਼ਲਟ ਆਉਣਾ ਬਾਕੀ ਆ, ਜੋ ਰਿਜ਼ਲਟ ਆਏਗਾ ਕਾਰਵਾਈ ਕੀਤੀ ਜਾਵੇ। ਸਰ, ਲੜਕੀ ਦੇ ਬਿਆਨ ਹੈ ਕਿ ਮੈਂ ਉਹ ਕਹਿ ਰਹੀ ਹਾਂ ਮੇਰੇ ਸਕੂਲ ਪਾੜੇ ਜਾਂਦੇ, ਸਾਰਾ ਕੁਝ ਆ ਕੇ ਬਿਆਰ ਦੇ ਵਿੱਚ ਗਲੀ ਦੇ ਵਿੱਚ ਆ ਕੇ ਸਾਰਾ ਨੰਗਾ ਕੀਤਾ ਜਾਂਦਾ, ਕੀ ਕਾਰਵਾਈ ਕਰਾਂਗੇ? ਬਾਕੀ ਗੱਲ ਅਫਸਰਾਂ ਨੂੰ ਨੌਲੇਜ 'ਚ ਲਿਆਵਾਂਗੇ, ਸਾਰੀ ਗੱਲ ਕਾਰਵਾਈ ਕਰਾਂਗੇ, ਜੋ ਵੀ ਕੁਝ ਹੋਇਆ ਉਹ ਕਰਾਂਗੇ। ਪਰਚਾ ਦਰਜ ਅੱਜ ਦਰਖਾਸਤ ਆਈ ਆ ਸਾਡੇ ਕੋਲ, ਤੋ ਪਰਚਾ ਦਰਜ ਕਰਕੇ ਆਪਾਂ ਜਿਹੜਾ ਇਹਨਾਂ ਦਾ ਮਾਮਲਾ ਜਿਹੜਾ ਆਪਾਂ ਜਿਹੜਾ ਕਾਰਵਾਈ ਜਿਹੜੀ ਲਿਆਂਦੀ ਆ ਉਹ ਵੀ ਕਾਰਵਾਈ 'ਚ ਕੋਰਟ 'ਚ ਇਹਨਾਂ ਦਾ ਕੋਰਟ 'ਚ ਚੱਲ ਰਿਹਾ। ਇਹਦੇ ਘਰ ਵਾਲਾ ਕੋਟ ਖਾਲਸਾ ਦਾ ਰਹਿਣ ਵਾਲਾ, ਜਿਸਦਾ ਨਾਂ ਕੀ ਦੱਸਿਆ ਜੀ? ਜਿਹਦਾ ਨਾਂ ਮੰਗਤ ਰਾਮ ਹੈ, ਸਨ ਆਫ ਸ਼ਾਮ ਸ਼ਾਮਲਾਲ।